ਕਈ ਬੰਦੇ ਐ ਕਰਦੇ ਆ ਵੀ ਆਪਦੇ ਫਾਇਦੇ ਦੇ ਮਾਰੇ ਦਵਾਈਆਂ ਦੇ ਕੇ ਕੁੱਤੀ ਨੂੰ ਹੀਟ ਚ ਲਾਉਂਦੇ ਆ ਸਾਲ ਦੇ ਵਿੱਚ ਤੇ ਫਿਰ ਕਤੂਰੇ ਦਾ ਰਹਿ ਲੈਂਦਾ, ਕੁੱਤੀ ਦਾ ਨੁਕਸਾਨ ਨੀ ਦੇਖਦੇ ਆਪਦੇ ਫਾਇਦੇ ਦੇ ਮਾਰੇ। ਅੱਛਾ ਵੀ ਬਈ, ਮਤਲਬ ਕਹਿੰਦੇ ਆ ਦਵਾਈਆਂ ਨਾਲ ਅੰਦਰੋਂ ਜਿਹੜੇ ਇੰਟਰਨਲ ਆਰਗਨ ਆ ਕੁੱਤੀ ਦੇ ਉਹ ਉਹਨਾਂ ਨੂੰ ਬਹੁਤ ਨੁਕਸਾਨ ਪਹੁੰਚਦਾ, ਵੀ ਡੈਮੇਜ ਵੀ ਹੋ ਜਾਂਦੇ ਆ ਉਹ। ਵੀ ਬਈ ਉਹੀ ਆ ਯਾਰ, ਹੁਣ ਵੀ ਕਹਿ ਸਕਦੇ ਆ ਜਿਵੇਂ ਵੀ ਕਹਿੰਦੇ ਇਨਸਾਨ ਆ ਜਿਹੜਾ ਉਹ ਰੱਖ ਤਾਂ ਲੈਂਦਾ ਬਈ, ਪਰ ਇਹ ਕਈ ਜਿਵੇਂ ਬਾਈ ਤੂੰ ਵਧੀਆ ਪਿਆਰ ਨਾਲ ਰੱਖਦਾ ਵੀ ਕਈ ਲੋਕ ਐਂ ਨੀ ਦੇਖਦੇ ਵੀ ਇਹ ਸਾਡੇ ਪੁੱਤਾਂ ਵਾਂਗੂ ਰੱਖੇ ਹੋਏ ਇਹਨੂੰ ਪਾਲਿਆ ਵਾ, ਉਹਨਾਂ ਨੂੰ ਐਂ ਹੁੰਦਾ ਵੀ ਅਸੀਂ ਆਪਦਾ ਵੀ ਕਤੂਰੇ ਕਤਾਰੇ ਵਿੱਚ ਕੇ ਵੀ ਆਪਦਾ ਫਾਇਦਾ ਲਈਏ ਯਾਰ, ਵੀ ਇਹਦਾ ਕੀ ਆ, ਮਰਦੀ ਮਰ ਜੇ ਜਾਂ ਕੁਛ ਵੀ ਹੋ ਜੇ। ਉਵੇਂ ਆ ਜਿਵੇਂ ਬਾਈ ਅੱਜ ਕੱਲ੍ਹ ਜੰਗਲਾਂ 'ਚ ਲੋਕ ਆਹੋ। ਹਾਂਜੀ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅਤੇ ਅੱਜ ਆਪਾਂ ਆਪਣੇ ਭਰਾਵਾਂ ਕੋਲ ਆਏ ਸੀਗੇ, ਅਤੇ ਗੁਰਮਣ ਅਤੇ ਏਕਮ, ਅਤੇ ਜਿਨ੍ਹਾਂ ਦੇ ਆਪਾਂ ਤੁਹਾਨੂੰ ਬਰੀਡ ਰੱਖੀ ਹੋਈ ਹੈਗੀ, ਅਤੇ ਉਹਨਾਂ ਨਾਲ ਤੁਹਾਨੂੰ ਆਪਾਂ ਅੱਜ ਮਿਲਾਵਾਂਗੇ, ਅਤੇ ਨਾਲੇ ਤੁਹਾਨੂੰ ਦੱਸਾਂਗੇ ਵੀ ਕਿਵੇਂ ਇਹਦਾ ਖਰਚਾ ਪਾਣੀ ਹੁੰਦਾ, ਕੀ ਮਤਲਬ ਇਹਨੂੰ ਆਪਾਂ ਕਿਵੇਂ ਰੱਖ ਸਕਦੇ ਹਾਂ, ਜਾਂ ਕੀ ਆਪਾਂ ਨੂੰ ਸਹੂਲਤਾਂ ਚਾਹੀਦੀਆਂ, ਜਾਂ ਕੀ ਸਾਰਾ ਆਪਾਂ ਤੁਹਾਨੂੰ ਨੌਲੇਜ ਆਪਾਂ ਦੱਸਾਂਗੇ ਅੱਜ ਬਾਈਆਂ ਤੋਂ ਪੁੱਛ ਕੇ। ਅਤੇ ਹੁਣ ਤੁਹਾਨੂੰ ਆਪਾਂ ਮਿਲਾਉਣ ਜਾ ਰਹੇ ਹਾਂ ਬਾਈਆਂ ਨਾਲ, ਅਤੇ ਬਾਕੀ ਸਾਰੇ ਬਾਈ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਹੈ ਨਾ, ਸ਼ੇਅਰ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ, ਕਮੈਂਟ ਕਰ ਦਿਓ, ਅਤੇ ਇਹੋ ਜਿਹੀਆਂ ਵੀਡੀਓ ਤੁਹਾਨੂੰ ਦੇਖਣ ਨੂੰ ਮਿਲਦੀਆਂ ਰਹਿਣਗੀਆਂ। ਅਤੇ ਬਾਕੀ ਚਲੋ ਬਾਏ, ਅਤੇ ਆਪਾਂ ਆਪਣੇ ਬਾਈ ਨਾਲ ਮਿਲਾਉਣੇ, ਅਤੇ ਆ ਜਾਓ ਬਾਈ। ਇੱਕ ਮਾਂ ਠੀਕ ਆ, ਵਧੀਆ, ਘਰ ਪਰਿਵਾਰ ਹੋਰ ਬਾਈ ਸੈੱਟ ਆ ਸਾਰਾ, ਸੈੱਟ ਆ, ਵਧੀਆ, ਚਲੋ ਬਾਈ। ਤੇ ਬਾਈ ਪਹਿਲਾਂ ਤਾਂ ਐਂ ਦੱਸ ਵੀ ਆਹ ਕਿਹੜੀ ਬਰੀਡ ਆ ਬਾਈ ਜਿਹੜੀ ਮੇਰੇ ਕੋਲ ਆ? ਇਹ ਸਿੱਟ ਜੂਗਾ, ਠੀਕ ਆ ਬਾਈ, ਠੀਕ ਆ। ਤੇ ਉਹ ਬਾਈ ਚਿੱਟੀ ਜੀ? ਉਹ ਬਾਈ ਟੋਏ ਪਾਮ, ਟੋਏ ਪਾਮ, ਠੀਕ ਆ ਠੀਕ ਆ। ਤੇ ਬਾਈ ਆਹ ਕਿੱਥੋਂ ਲਿਆਂਦੇ ਸੀਗੇ? ਮਤਲਬ ਲੁਧਿਆਣੇ ਹੋ ਬਾਈ? ਇਹ ਲੁਧਿਆਣੇ ਹੋ? ਤੇ ਉਹ ਬਾਈ, ਉਹ ਬਾਈ, ਬਾਈ ਮੈਂ ਤੈਨੂੰ ਐਂ ਪੁੱਛਦਾ, ਜਿਹੜੀ ਮਤਲਬ ਆਹ ਸਿੱਟ ਜੂ ਕਹਿਣਾ ਤੂੰ, ਤੇ ਇਹ ਬਾਈ ਕਿੰਨੇ ਦੀ ਪੈਗੀ ਆਪਾਂ ਨੂੰ, ਕਿੰਨੇ ਹਜ਼ਾਰ ਚ ਪੈਗੀ? 25,000 ਦੀ ਆ, 100 ਕੁਆਲਿਟੀ ਆ, ਇਹਦੇ ਪੇਪਰ ਬਣੇ ਹੋਏ ਆ। ਠੀਕ ਆ ਬਾਈ, ਠੀਕ ਹੈ। ਤੇ ਬਾਈ ਜਿਹੜੀ ਆਪਣੀ ਆਹ ਦੂਜੀ ਹੈਗੀ, ਹਨਾ, ਇਹਦਾ ਕੀ ਰੇਟ ਆ ਚਿੱਟੀ ਜੀ ਦਾ? ਇਹ ਬਾਈ 15,000 ਦੀ ਆ, ਸਿੰਗਲ ਕੋਟ ਆ। ਠੀਕ ਆ ਬਾਈ, ਠੀਕ ਆ। ਤੇ ਹੁਣ ਬਾਈ ਜੇ ਆਪਾਂ ਗੱਲ ਕਰੀਏ, ਹਨਾ, ਵੀ ਆਪਾਂ ਇੱਕ ਜਿਵੇਂ ਹੁਣ ਨਾ ਪੈਟ ਦੇ ਘਰੇ ਨੇਮ ਰੱਖ ਲੈਨੇ ਆ, ਜਿਵੇਂ ਟੌਮੀ, ਸ਼ੇਰੂ, ਐਦਾਂ ਬੁਲਾਉਣੇ ਆਪਾਂ, ਤੇ ਇਹਦੇ ਬਾਈ ਤੁਸੀਂ ਕੀ ਨੇਮ ਰੱਖੇ ਹੋਏ? ਇਹਨਾਂ ਦਾ ਨਾਮ ਤਾਂ ਬਾਈ ਸਵੀਟੀ ਆ। ਠੀਕ ਹੈ। ਇਹਦਾ ਨਾਮ ਬਾਈ ਜੈਕੀ ਆ। ਠੀਕ ਆ ਬਾਈ, ਸਵੀਟੀ ਤੇ ਜੈਕੀ। ਆਹ ਬਾਈ ਕੁੱਤੀ ਆ? ਹਾਂ। ਤੇ ਬਾਈ ਉਹ ਵੀ ਕੁੱਤੀ ਆ? ਠੀਕ ਹੈ ਬਾਈ, ਠੀਕ ਹੈ। ਤੇ ਬਾਈ ਜਿਵੇਂ ਗੱਲ ਆਪਾਂ ਖੁਰਾਕ ਦੀ ਕਰੀ ਜਾਈਏ, ਤੇ ਵੀ ਇਹਨਾਂ ਦੀ ਤੁਸੀਂ ਇਹਨਾਂ ਨੂੰ ਕੀ ਕੀ ਖੁਰਾਕ ਦਿੰਦੇ ਹੋ, ਜਾਂ ਕੀ ਕੀ ਆਪਾਂ ਨੂੰ ਕੰਪਲਸਰੀ ਇਹਨਾਂ ਨੂੰ ਦੇਣਾ? ਬਾਈ ਇਹਨਾਂ ਨੂੰ ਇੱਕ ਇੱਕ ਆਂਡਾ ਉਬਲਿਆ ਹੋਇਆ। ਠੀਕ ਹੈ ਬਾਈ। ਬਾਈ ਕਈ ਬਈਆਂ ਰੋਟੀਆਂ ਬਣਦੇ ਆਪਾਂ, ਉਹ ਮੈਂ ਨਹੀਂ, ਆਪਾਂ ਬੈਸਟ ਖੁਰਾਕ ਪਾਉਣਾ ਰੋਇਲ ਕੈਨਲ ਦੀ। ਠੀਕ ਹੈ ਬਾਈ, ਅੱਛਾ, ਵੀ ਇਹ ਮਤਲਬ ਵੀ ਟੌਪ ਦੀ ਪੈਡਾਗਰੀ ਬਾਈ ਦੀ ਆ? ਹਾਂ ਜਮਾ। ਹਾਂਜੀ ਬਾਈ, ਹੁਣ ਕਈ ਭਰਾ ਜਿਵੇਂ ਹੁਣ ਜਿਹੜੇ ਰੱਖਦੇ ਕੁੱਤੇ, ਉਹਨਾਂ ਦਾ ਪਤਾ ਹੋਊ, ਕਈ ਨਹੀਂ ਪਤਾ ਬਾਈ, ਇਹ ਸਰਚ ਕਰਕੇ ਦੇਖ ਲੈਣ ਗੂਗਲ ਤੇ, ਜਾਂ ਕਿਤੇ ਵੀ ਰੋਇਲ ਕੈਨਲ ਦੀ ਪੈਡਾਗਰੀ, ਜਾਂ ਕਿਸੇ ਪੈਟ ਸ਼ੌਪ ਤੇ ਜਾ ਕੇ, ਮਤਲਬ ਉੱਥੇ ਜਾ ਕੇ ਪੁੱਛ ਲੈਣ ਜਿਹਦੇ ਵਿੱਚ ਪੈਡੀਗਰੀਸ ਮਿਲਦੀਆਂ ਗੀਆਂ, ਵੀ ਜਾਂ ਡਾਕਟਰ ਨੂੰ ਕਿਸੇ ਦੀ ਵੀ ਐਡਵਾਈਸ ਲੈ ਲੈਣ ਵੀ ਕਿਵੇਂ ਹੁੰਦੀ ਇਹ ਹੁੰਦੀ ਆ ਪੈਡਾਗਰੀ, ਜਾਂ ਕਿਵੇਂ ਵੀ ਜਿਵੇਂ ਕਿ ਬਾਈ ਏਕਮ ਨੇ ਦੱਸਿਆ। ਤੇ ਬਾਕੀ ਤੁਹਾਡੇ ਅੱਗੇ ਗੱਲਬਾਤ ਵਧਾਉਣੇ ਆ ਆਪਾਂ। ਤੇ ਬਾਈ ਹੈਨਾ, ਜਿਵੇਂ ਵੀ ਆਪਾਂ ਗੱਲ ਕਰਦੇ ਆ ਵੀ ਕਈ ਲੋਕ ਆ ਤਾਂ ਯਾਰ ਜਿਵੇਂ ਪਸ਼ੂ ਵਾਲੇ ਚ ਬੰਨ ਦਿੰਦੇ ਆ ਕੁੱਤੇ ਨੂੰ, ਹਨਾ, ਜਿਵੇਂ ਮਤਲਬ ਬਾਹਰ ਯੂੰ ਤੁਰਿਆ ਫਿਰਦਾ ਰਹਿੰਦਾ, ਜਿਵੇਂ ਅਸੀਂ ਦੇਖਿਆ ਗਾ, ਮਤਲਬ ਸਾਡੇ ਘਰਾਂ 'ਚ ਕਈਆਂ ਦੇ ਰੱਖੇ ਹੁੰਦੇ ਸੀਗੇ ਪਹਿਲਾਂ, ਹੁਣ ਤਾਂ ਚੱਲ ਨਹੀਂ, ਵੀ ਹੁਣ ਛੱਡ ਦਿੰਦੇ, ਬਾਹਰ ਹੀ ਤੁਰਿਆ ਫਿਰਦਾ ਰਹਿੰਦਾ ਸਾਰਾ ਦਿਨ, ਭੌਂਕਦਾ, ਤੈਨੂੰ ਪਤਾ ਕਤੀੜ ਆ, ਕਤੀੜ ਹੀ ਹੋ ਜਾਂਦਾ ਉਹਦਾ। ਅਤੇ ਬਾਈ ਤੁਹਾਡੇ ਮਤਲਬ ਕਿਵੇਂ ਕੋਈ ਸਪੈਸ਼ਲ ਪ੍ਰਬੰਧ ਕੀਤਾ? ਕੁੱਤੇ ਦਾ ਬਣਾ ਕੇ ਨਹੀਂ ਦੇਖੇ, ਕੁੱਤਾ ਵਾਂਗੂ ਰੱਖਿਆ ਆਪਣੇ। ਠੀਕ ਹੈ, ਠੀਕ ਹੈ ਬਾਈ, ਆਪਦੇ ਨਾਲ ਪਾਉਣੇ ਆ। ਹਾਂ ਹਾਂ, ਸਰਦੀਆਂ 'ਚ ਨਾ ਹੀਟਰ ਲੱਗਿਆ। ਠੀਕ ਹੈ, ਠੀਕ ਹੈ ਬਾਈ, ਗਰਮੀਆਂ 'ਚ ਏਸੀ ਵਾਲੇ ਕਮਰੇ 'ਚ ਹੁੰਦੇ। ਠੀਕ ਹੈ, ਠੀਕ ਹੈ। ਫਿਰ ਤਾਂ ਬਾਈ ਮਤਲਬ ਤੁਹਾਡੀ ਤਾਂ ਇਹ ਗੱਲ ਹੋਈ ਪਈ ਆ ਵੀ ਪੈਟ ਪੁੱਟ ਤਾਂ ਤੁਹਾਡੇ ਰਹੀ ਨਹੀਂ, ਦਿਲ ਦੇ ਟੁਕੜੇ ਬਣਾਈ ਬੈਠੇ ਹੋ ਜਾਵਾਂ ਬਾਈ, ਮੇਰੇ ਤੋਂ ਬਿਨਾਂ ਤਾਂ ਉਹ ਸੌਂਦੇ ਹੀ ਨਹੀਂ। ਠੀਕ ਹੈ, ਠੀਕ ਹੈ ਬਾਈ, ਹੋ ਜਾਂਦਾ ਬਾਈ, ਫਿਰ ਤੈਨੂੰ ਪਤਾ ਨਾ ਕੁੱਤੇ ਨੂੰ ਮੋਹ ਹੋ ਜਾਂਦਾ ਕਿ ਨਹੀਂ ਮਾਲਕ ਦਾ, ਉਹੀ ਗੱਲ ਹੋ ਜਾਂਦੀ ਆ।
ਬਈ ਮੈਂ ਹੁਣ ਇੱਕ ਵਾਰ ਦੀ ਗੱਲ ਦੱਸਦਾ, ਮੈਂ ਵਗ ਗਿਆ ਵਿਆਹ, ਮੇਰੀ ਮਾਤਾ ਨੇ ਉਹਨਾਂ ਨੂੰ ਪੈਟਾਗਿਰੀ ਪਾਈ, ਆਂਡਾ ਪਾਇਆ, ਮੂੰਹ ਨੀ ਲਾਇਆ ਉਹਨਾਂ ਨੇ, ਠੀਕ ਹੈ ਠੀਕ ਹੈ। ਤੇ ਫਿਰ ਮੈਂ ਜਦੋਂ ਬਈ ਉਹ ਕੁੱਤਿਆਂ ਦਾ ਉਹ ਤਾਂ ਹੋ ਜਾਂਦਾ, ਫਿਕਰ ਜੀ ਹੋ ਜਾਂਦੀ ਆ ਵੀ ਇੱਕ ਤਰ੍ਹਾਂ ਖਾਦਾ ਨਹੀਂ ਕੁਛ ਬਈ। ਤੇ ਫਿਰ ਮੈਨੂੰ ਅਰਜੈਂਟ ਮੋੜ ਕੇ ਆਉਣਾ ਪਿਆ। ਉਹ ਤਾਂ ਹੋ ਹੀ ਜਾਂਦਾ ਬਈ, ਫਿਰ ਐਂ ਜੇ ਹਨਾ ਵੀ ਇੰਨੀ ਮਹਿੰਗੀ ਬਰੀਡ ਆਪਾਂ ਪਾਲੀ ਬੈਠੇ ਆ, ਜੇ ਕੋਈ ਗੱਲਬਾਤ ਹੋ ਗਈ ਕੱਲ ਨੂੰ ਫਿਰ ਉਹ ਵੀ ਚੱਕਰ ਪੈ ਜਾਂਦਾ, ਉਹ ਸੌ ਸੋਚਣਾ ਪੈਂਦਾ ਕਿ ਨਹੀਂ। ਉਹਦਾ ਗੱਲ ਹੈਗੀ ਆ ਬਈ, ਇਹ ਗੱਲ ਜਮਾਂ ਝੂਠ ਨਹੀਂ ਆਪਾਂ ਮੰਨਦੇ ਹਾਂ। ਉਹੀ ਕੁੱਤਿਆਂ ਦਾ ਵੀ ਫਿਰ ਬੰਦਿਆਂ ਵਾਲਾ ਕੰਮ ਹੀ ਹੋ ਜਾਂਦਾ, ਮੋਹ ਪੈ ਜਾਂਦਾ ਹੈਗਾ। ਜਿਵੇਂ ਛੋਟੇ ਜਵਾਕ ਜਿਵੇਂ ਮਾਂ ਰੱਖਦੀ ਆ, ਆਈ ਪਾਲ ਕੇ ਰੱਖਣੇ ਪੈਂਦੇ ਆ ਬਈ, ਫਿਰ ਫਿਰ ਹੀ ਆ ਕੇ ਕਿਤੇ ਮੁੱਲ ਪੈਂਦਾ ਸ਼ੌਂਕਾਂ ਦਾ। ਤੇ ਬਈ ਜਿਵੇਂ ਆਪਾਂ ਗੱਲ ਕਰੀਏ ਇਹਨਾਂ ਦੀ ਮੈਡੀਸਨ ਦੀ ਜਾਂ ਇੰਜੈਕਸ਼ਨਾਂ ਦੀ, ਜਿਵੇਂ ਕੁੱਤਾ ਬਿਮਾਰ ਹੋ ਜਾਂਦਾ ਜਾਂ ਜਿਹੜੇ ਜ਼ਰੂਰੀ ਹੁੰਦੇ ਆ, ਤੇ ਉਹ ਬਈ ਤੁਸੀਂ ਮਤਲਬ ਲਵਾਏ ਹੋਏ ਆ ਇਹਦੇ, ਜਾਂ ਕਿੰਨੇ ਟਾਈਮ ਤੋਂ ਲੱਗਦਾ ਇਹਦੇ ਕੋਈ? ਬਈ ਉਹ ਚਿੱਟੀ ਦੇ ਤਾਂ ਸਾਰੇ ਲਵਾਤੇ। ਅੱਛਾ। ਤੇ ਛੋਟੀ ਦੇ ਹੁਣ ਸਵੀਟੀ ਦੇ ਲੱਗੀ ਜਾਂਦੇ ਆ, ਇੱਕ ਟੀਕਾ ਰਹਿ ਗਿਆ ਉਹਨਾਂ ਦਾ, 24 ਦਿਨਾਂ ਬਾਅਦ ਲੱਗਦਾ। 24 ਦਿਨਾਂ ਬਾਅਦ ਟੀਕਾ ਲੱਗਦਾ, ਠੀਕ ਹੈ ਠੀਕ ਹੈ। ਤੇ ਬਾਕੀ ਬਈ ਜਿਹੜੇ ਸਰਟੀਫਿਕੇਟ ਹੁੰਦੇ ਆਪਣੇ ਕੋਲੇ ਹਨਾ ਬਣੇ ਹੋਏ ਜ਼ਰੂਰੀ, ਤੇ ਉਹ ਬਣਾਏ ਵੇ ਆਪਾਂ? ਹਾਂ ਬਈ ਬਣਾਏ ਵੇ ਆ। ਠੀਕ ਹੈ ਠੀਕ ਹੈ ਬਈ। ਜਿਵੇਂ ਬਈ ਹੁਣ ਅਸੀਂ ਪਿੱਛੇ ਜੇ ਮਤਲਬ ਕਰੀ ਸੀ ਇੰਟਰਵਿਊ ਬੁਲਡੌਗ ਦੀ, ਤੇ ਉਹਦੀ ਆਪਾਂ ਇੰਟਰਵਿਊ ਕਰੀ ਸੀਗੀ, ਉਹਨਾਂ ਨੇ ਸਾਰੇ ਟੀਕੇ ਟੁਕੇ ਲਵਾਏ ਹੋਏ ਸੀ, ਉਹਨਾਂ ਕੋਲ ਸਰਟੀਫਿਕੇਟ ਵੀ ਸੀਗਾ, ਜਿਵੇਂ ਆਹ ਹਲਕ ਦਾ ਟੀਕਾ ਵੀ ਵਡਨ ਵਡਨ ਨਾ ਲਵੇ ਕਿਸੇ ਨੂੰ, ਉਹ ਵੀ ਸਰਟੀਫਿਕੇਟ ਸੀਗਾ। ਉਹ ਇਹਨਾਂ ਨੂੰ ਤਾਂ ਨਹੀਂ ਲੋੜ ਪੈਂਦੀ ਆ ਵੀ ਆਪਾਂ ਵੀ ਇਹ ਵੀ ਲਵਾਇਆ ਹੋਇਆ ਕੋਈ ਹਲਕ ਦਾ ਟੀਕਾ? ਠੀਕ ਹੈ ਬਈ ਠੀਕ ਹੈ। ਤੇ ਬਾਕੀ ਜਿਵੇਂ ਬਾਈ ਮੈਂ ਗੱਲ ਪੜ੍ਹੀ ਸੀਗੀ ਕਿਤੇ ਅਖਬਾਰ ਚ ਵੀ ਪੜ੍ਹੀ ਸੀਗੀ ਮੈਂ, ਤੇ ਮੈਂ ਆਪਣਾ ਨੈਟ ਤੋਂ ਵੀ ਵੇਖਿਆ ਹੋਇਆ ਇਹ ਚੀਜ਼ ਕਿਤਾਬ ਚ, ਤੇ ਕਹਿੰਦੇ ਵੀ ਜਿਵੇਂ ਯਾਰ ਜਿਹਦੇ ਕੋਲ ਕੋਈ ਪੈਟ ਹੋਵੇ ਹਨਾ, ਮੰਨ ਲਓ ਉਹ ਬੰਦੇ ਨੂੰ ਯਾਰ ਕਹਿੰਦੇ ਮਤਲਬ ਡਿਪਰੈਸ਼ਨ ਦਾ ਸ਼ਿਕਾਰ ਨਹੀਂ ਹੁੰਦਾ ਉਹ ਬੰਦਾ ਜਿਹਦੇ ਕੋਲ ਪੈਟ ਹੋਵੇ। ਇਹ ਮੇਰੇ ਨਾਲ ਵੀ ਵਾਪਰੀ ਵੇ ਬਈ, ਜਦੋਂ ਮੈਂ 10 ਮਿੰਟ ਖੇਡ ਲਈਏ ਜਮਾ ਐ ਮਾਈਂਡ ਫਰੈਸ਼ ਹੋ ਜਾਂਦਾ। ਅੱਛਾ ਵੀ ਜੇ ਮੈਂ ਕਈ ਵਾਰ ਕੋਈ ਟੈਨਸ਼ਨ ਟੂਨਸ਼ਨ ਹੋਵੇ ਵੀ ਉਹ ਖੇਡ ਲਈਏ ਮਾਈਂਡ ਫਰੈਸ਼ ਹੋ ਜਾਂਦਾ। ਠੀਕ ਹੈ ਬਈ। ਜਿਵੇਂ ਬਈ ਦੇਖੋ ਤੁਸੀਂ ਜਿਵੇਂ ਹਨਾ, ਮੈਨੂੰ ਪਹਿਲਾਂ ਇਹ ਸੀਗਾ ਯਾਰ ਵੀ ਇਹ ਗੱਲ ਕਿਤੇ ਵੀ ਕਿਤਾਬੀ ਗੱਲਾਂ ਜਾਂ ਉਹ ਆ, ਜਿਵੇਂ ਹੁਣ ਬਾਈ ਨੇ ਕਨਫਰਮ ਕਰਤਾ ਕਹਿੰਦਾ ਵੀ ਇਹ ਗੱਲ ਆਪਾਂ ਖੁਦ ਮੈਂ ਕਰਕੇ ਦੇਖੀ ਆ ਨੋਟਿਸ ਵੀ, ਕਹਿੰਦਾ ਕਈ ਵਾਰ ਜੇ ਕੋਈ ਮਾੜੀ ਮੋਟੀ ਟੈਨਸ਼ਨ ਹੁੰਦੀ ਹੈ, ਜਿਵੇਂ ਮੰਨ ਲਓ ਕੋਈ ਹੁੰਦੀ ਆ, ਹੁਣ ਤੁਹਾਨੂੰ ਪਤਾ ਸਭ ਦੀ ਜ਼ਿੰਦਗੀ ਦੇ ਵਿੱਚ ਟੈਨਸ਼ਨਾਂ ਚੱਲਦੀਆਂ, ਵੀ 10 ਮਿੰਟ ਖੇਡ ਲਿਆ ਕੁੱਤੇ ਨਾਲ, ਚੌੜ ਕਰ ਲਈ ਮੰਨ ਲਓ ਹਨਾ, ਤੇ ਇੰਨੇ ਨਾਲ ਹੀ ਕਹਿੰਦਾ ਬਾਈ ਮਾਇੰਡ ਫਰੈਸ਼ ਹੋ ਜਾਂਦਾ, ਜਮਾਂ ਐਂ ਲੱਗਦਾ ਵੀ ਕੋਈ ਟੈਨਸ਼ਨ ਫਰੀ ਆ ਯਾਰ। ਇਹ ਗੱਲ ਭਾਵੇਂ ਤੁਸੀਂ ਆਪ ਖੁਦ ਮਤਲਬ ਪ੍ਰੈਕਟੀਕਲ ਕਰਕੇ ਵੇਖ ਲਿਓ ਵੀ ਇਹ ਗੱਲ ਸੱਚ ਆ ਜਾਂ ਆਪਾਂ, ਤੁਹਾਨੂੰ ਬਾਈ ਖੁਦ ਨੂੰ ਪਤਾ ਲੱਗ ਜੂਗਾ ਕੋਈ ਵੀ ਪੈਟ ਹੋਵੇ ਤੁਹਾਡੇ ਕੋਲੇ, ਤੇ ਉਹਦੇ ਨਾਲ ਤੁਸੀਂ ਖੇਡ ਕੇ ਵੇਖਿਓ, ਉਹਦੇ ਕੋਲ ਟਾਈਮ ਸਪੈਂਡ ਕਰਕੇ ਦੇਖੋ, ਮਤਲਬ ਤੁਹਾਡਾ ਯਾਰ ਮਾਇੰਡ ਐਂ ਰਿਲੈਕਸ ਹੋ ਜੂਗਾ, ਬਸ ਐਂ ਹੀ ਲੱਗੂਗਾ ਬਈ ਯਾਰ ਜਿਵੇਂ ਆਪਦੇ ਪੁੱਤ ਵਾਂਗੂ ਹੀ, ਜਿਵੇਂ ਜਿਹੜੇ ਬੰਦੇ ਨੇ ਤਾਂ ਬਈ ਪਿਆਰ ਨਾਲ ਰੱਖਿਆ ਹੁੰਦਾ ਆਪਦੇ ਪੁੱਤ ਵਾਂਗੂ ਹੀ ਲੱਗੂ। ਇਹ ਗੱਲ ਤੁਸੀਂ ਹੁਣ ਤਾਂ ਆਪ ਦੇਖ ਲਿਓ ਕਰਕੇ। ਬਈ ਜਿਵੇਂ ਗੱਲ ਆਪਾਂ ਏਜ ਦੀ ਕਰੀਏ ਇਹਨਾਂ ਦੀ, ਤੇ ਕੀ ਏਜ ਆ ਬਈ ਦੋਨਾਂ ਦੀ? ਬਈ ਜਿਹੜੀ ਚਿੱਟੀ ਆ ਉਹ ਤਾਂ 5 ਮਹੀਨਿਆਂ ਦੀ ਆ, ਠੀਕ ਹੈ ਬਈ, ਛੋਟੀ 3 ਮਹੀਨਿਆਂ ਦੀ ਆ। ਅੱਛਾ ਅੱਛਾ ਠੀਕ ਹੈ ਠੀਕ ਹੈ। ਬਈ ਜਿਵੇਂ ਆਪਾਂ ਗੱਲ ਕਰੀਏ ਇਹਦੀ ਮੀਟ ਮੋੜ ਦੀ ਵੀ, ਇਹ ਜਾਂ ਕਦੋਂ ਹੀਟ ਚ ਆਉਂਦੀ ਆ ਜਾਂ ਕਦੋਂ ਇਹਨੂੰ ਮੀਟ ਕਰਾਉਣਾ ਪੈਂਦਾ ਹੈਗਾ, ਉਹ ਤੁਸੀਂ ਦੱਸੋ ਸਾਨੂੰ। ਬਈ ਸਾਲ ਬਾਅਦ ਇਹ ਹੀਟ ਤੇ ਆਉਂਦੀ ਆ, ਠੀਕ ਹੈ, ਤੇ ਜਿਹੜੇ ਕਈ ਬੰਦੇ ਨਾਲ ਦੀ ਨਾਲ ਭਰਾ ਆਉਂਦੇ ਆ, ਹਾਂ ਹਾਂ, ਤੇ ਫਿਰ ਕੁੱਤੀ ਦੀ ਗਰੋਥ ਨਹੀਂ ਹੁੰਦੀ, ਗਰੋਥ ਰੁਕ ਜਾਂਦੀ ਹੈ, ਨੁਕਸਾਨ ਹੋ ਜਾਂਦਾ ਉਹਦਾ ਨਾ, ਇੰਟਰਨਲ ਆਰਗਨਸ ਨੂੰ ਡੈਮੇਜ ਹੋ ਜਾਂਦਾ। ਹਾਂ ਬਈ ਠੀਕ ਹੈ। ਗੱਲ ਕਰੀਏ ਇਹਦੇ ਸਹੀ ਟਾਈਮ ਮਤਲਬ ਕਦੋਂ ਹੁੰਦਾ ਵੀ ਮੀਟ ਕਰਾਉਣ ਦਾ ਇਹਦਾ ਵੀ? ਬਈ ਇਹਦਾ ਸਹੀ 2 ਸਾਲ ਹੁੰਦਾ, ਉਦੋਂ ਨਾ ਕੁੱਤੀ ਦੀ ਗਰੋਥ ਹੁੰਦੀ ਹੈ ਨਾ ਕਤੂਰਿਆਂ ਦੀ ਵਧੀਆ ਹੋ ਜਾਂਦੀ ਹੈ, ਫਿਰ ਕਤੂਰੇ ਵਧੀਆ ਚੰਗੀ ਸਿਹਤ ਦੇ ਹੁੰਦੇ ਆ। ਠੀਕ ਹੈ ਵੀ ਜਦੋਂ 2 ਸਾਲ ਬਾਅਦ ਕਰਾਉਣੇ ਆ ਵੀ, ਜਦੋਂ ਬਈ ਫੁੱਲ ਗਰੋਥ ਹੋ ਜਾਏ ਮਤਲਬ ਕੁੱਤੀ ਦੀ, ਹੋ ਜਾਂਦੀ ਹੈ ਬਈ 2 ਸਾਲਾਂ 'ਚ ਗਰੋਥ ਫੁੱਲ? ਹਾਂ ਬਈ ਪੂਰੀ। ਠੀਕ ਹੈ ਠੀਕ ਹੈ ਬਈ। ਹਾਂ ਬਈ ਕਈ 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 ਬੰਦੇ ਐਂ ਕਰਦੇ ਆ ਵੀ ਆਪਦੇ ਫਾਇਦੇ ਦੇ ਮਾਰੇ ਦਵਾਈਆਂ ਦੇ ਕੇ ਕੁੱਤੀ ਨੂੰ ਹੀਟ 'ਚ ਲਾਉਂਦੇ ਆ ਸਾਲ ਦੇ ਵਿੱਚ, ਤੇ ਫਿਰ ਕਤੂਰੇ ਦਾ ਲੈ ਲੈਂਦਾ, ਕੁੱਤੀ ਦਾ ਨੁਕਸਾਨ ਨੀ ਦੇਖਦੇ ਆਪਦੇ ਫਾਇਦੇ ਦੇ ਮਾਰੇ। ਅੱਛਾ ਵੀ ਬਈ ਮਤਲਬ ਕਹਿੰਦੇ ਦਵਾਈਆਂ ਨਾਲ ਅੰਦਰੋਂ ਜਿਹੜੇ ਇੰਟਰਨਲ ਆਰਗਨ ਆ ਕੁੱਤੀ ਦੇ, ਉਹ ਉਹਨਾਂ ਨੂੰ ਬਹੁਤ ਨੁਕਸਾਨ ਪਹੁੰਚਦਾ ਵੀ ਡੈਮੇਜ ਵੀ ਹੋ ਜਾਂਦੇ ਆ ਉਹ ਵੀ। ਬਈ ਉਹੀ ਆ ਯਾਰ, ਹੁਣ ਵੀ ਕਹਿ ਸਕਦੇ ਆ ਜਿਵੇਂ ਵੀ ਕਹਿੰਦੇ ਇਨਸਾਨ ਆ ਜਿਹੜਾ ਉਹ ਰੱਖ ਤਾਂ ਲੈਂਦਾ ਬਈ, ਪਰ ਇਹ ਕਈ ਜਿਵੇਂ ਬਾਈ ਤੂੰ ਵਧੀਆ ਪਿਆਰ ਨਾਲ ਰੱਖਦਾ ਵੀ, ਕਈ ਲੋਕ ਐਂ ਨੀ ਦੇਖਦੇ ਵੀ ਇਹ ਸਾਡੇ ਪੁੱਤਾਂ ਵਾਂਗੂ ਰੱਖੇ ਹੋਏ, ਇਹਨੂੰ ਪਾਲਿਆ ਵਾ, ਉਹਨਾਂ ਨੂੰ ਐਂ ਹੁੰਦਾ ਵੀ ਅਸੀਂ ਆਪਦਾ ਵੀ ਕਤੂਰੇ ਕਤਾਰੇ ਵਿੱਚ ਗਏ ਵੀ ਆਪਦਾ ਫਾਇਦਾ ਲਈਏ ਯਾਰ, ਵੀ ਇਹਦਾ ਕੀ ਆ ਮਰਦੀ ਮਰਜੇ ਜਾਂ ਕੁਛ ਵੀ ਹੋ ਜੇ। ਉਵੇਂ ਆ ਜਿਵੇਂ ਬਾਈ ਅੱਜ ਕੱਲ੍ਹ ਜੰਗਲਾਂ 'ਚ ਲੋਕ ਆਹੋ ਐਂ ਕਰਦੇ ਆ ਆਪਦਾ ਫਾਇਦਾ ਦੇ ਦੇਖਦੇ ਆ, ਮਤਲਬ ਜਿਵੇਂ ਹਾਥੀਆਂ ਦੇ ਕਹਿੰਦੇ ਹੁੰਦੇ ਆ ਸਿੰਗ ਦੰਦ ਜੇ ਵੱਢ ਕੇ ਉਹ ਵੇਚ ਦਿੰਦੇ ਆ, ਗੈਂਡੇ ਦਾ ਸਿੰਗ ਵੇਚ ਦਿੰਦੇ ਆਗੇ, ਖਲ ਉਹਦੀ ਖਲ ਵੇਚ ਦਿੰਦੇ ਆ, ਚੀਤੇ ਦੀ ਸਕਿਨ ਵੇਚ ਦਿੰਦੇ ਆ ਵੀ ਜਿਹੜੀ ਮੰਨ ਲਓ ਉਵੇਂ। ਬਸ ਇਹ ਵੀ ਇੱਕ ਤਰ੍ਹਾਂ ਚੱਲ ਇਹ ਹੈ ਲੀਗਲ ਆ ਉਹ ਇਲੀਗਲ ਆ, ਪਰ ਗਲਤ ਤਾਂ ਹੈ ਤਾਂ ਇਹ ਵੀ ਗਲਤ ਆ ਬਈ, ਜਿਵੇਂ ਆਪਾਂ ਸੋਚੀਏ ਗੱਲ ਕਿੱਥੇ ਜਾਂਦੀ ਆ। ਹਾਂਜੀ ਬਈ ਜਿਵੇਂ ਹੁਣ ਮੰਨ ਲਓ ਬਾਈ ਨਾਲ ਗੱਲਾਂ ਖਾਣ ਬਹੁਤ ਵਧੀਆ ਲੱਗਿਆ ਵੀ ਆਪਾਂ ਹੁਣ ਬਾਈ ਤੋਂ ਯਾਰ ਵੀ ਇਹ ਪੁੱਛਦੇ ਹਾਂ ਵੀ ਬਾਈ ਤੁਸੀਂ ਵੀ ਪਹਿਲਾਂ ਤਾਂ ਬਾਈ ਐਂ ਦੱਸੋ ਵੀ ਤੁਸੀਂ
ਕੋਈ ਆਪਣੇ ਜਿਹੜੇ ਵੀ ਧਨੋਆਜ ਬਲੌਗਸ ਦੇ ਸਰੋਤੇ ਆ ਜਾਂ ਆਪਾਂ ਨੂੰ ਵੇਖਦੇ ਆਪਣੀ ਵੀਡੀਓ ਨੂੰ ਵੇਖਦੇ ਆਪਣੇ ਵਿਊਅਰਸ, ਉਹਨਾਂ ਨੂੰ ਤੁਸੀਂ ਕੋਈ ਮੈਸੇਜ ਦੇਣਾ ਚਾਹੁੰਦੇ ਹੋਵੋ ਜਾਂ ਕੋਈ ਅਪੀਲ ਕਰਨਾ ਚਾਹੁੰਦੇ ਹੋਵੋ? ਬਈ ਮੈਂ ਇੱਕ ਮੈਸੇਜ ਦੇਣਾ। ਹਾਂ ਬਈ ਬਈ ਜੇ ਕੁੱਤੇ ਰੱਖਣਾ ਕੁੱਤਾ ਹੀ ਨਾ ਰੱਖੋ, ਠੀਕ ਹੈ, ਉਹਨਾਂ ਦੀ ਆਪਦੇ ਫਾਇਦੇ ਵਾਸਤੇ ਉਹਨਾਂ ਦੀ ਸਿਹਤ ਨਾ ਖਰਾਬ ਕਰੋ। ਠੀਕ ਹੈ ਠੀਕ ਹੈ ਬਾਈ, ਉਹ ਤਾਂ ਗੱਲ ਹੈਗੀ ਆ ਬਾਈ, ਵੀ ਹੁਣ ਯਾਰ ਜਿਵੇਂ ਵੀ ਇਹਨਾਂ 'ਚ ਵੀ ਤਾਂ ਬਾਈ ਜਾਣ ਆ ਗਈ, ਆਪਾਂ ਆਪਦੇ ਫਾਇਦੇ ਦੇ ਮਾਰੇ ਵੀ ਚੱਲ 4 ਰੁਪਏ ਵੱਧ ਵੱਟ ਲਾਂਗੇ, ਇਹਨਾਂ ਦੀ ਸਿਹਤ ਖਰਾਬ ਕਰੀ ਜਾਂਦੇ ਹੈਗੇ, ਮਤਲਬ ਆਪਾਂ ਦੇਖਦੇ ਨਹੀਂ ਗੇ, ਉਹ ਗੱਲ ਗਲਤ ਆ ਬਾਈ, ਉਹ ਤਾਂ ਆਪਾਂ ਵੀ ਮੰਨਦੇ ਹਾਂ। ਜਿਵੇਂ ਬਾਈ ਨਾਲ ਯਾਰ ਗੱਲ ਕਰਕੇ ਆਪਾਂ ਨੂੰ ਦੇਖੋ ਹੈ ਨਾ ਬਹੁਤ ਵਧੀਆ ਲੱਗਿਆ ਬਾਈ ਨੇ, ਜਿਵੇਂ ਕਿ ਬਾਈ ਦੀ ਉਮਰ ਦੇਖੋ ਛੋਟੀ ਆ ਬਾਈ, ਸਕੂਲ 'ਚ ਪੜ੍ਹਦਾ, ਗੱਲਾਂ ਬਾਈ ਨੇ ਬਹੁਤ ਵਧੀਆ ਕੀਤੀਆਂ, ਠੀਕ ਹੈ ਨਾ, ਅਤੇ ਬਾਈ ਇਹ ਸ਼ੌਂਕ ਵੀ ਆਪਾਂ ਨੂੰ ਵਧੀਆ ਲੱਗਿਆ, ਸ਼ੌਂਕ ਪਾਲਿਆ ਤਾਂ ਉਹਨੂੰ ਨਿਭਾ ਵੀ ਰਿਹਾ ਬਾਈ, ਠੀਕ ਆ, ਅਤੇ ਇੱਕ ਦਿਨ ਮੁੱਲ ਵੀ ਪਾਊਗਾ ਜ਼ਰੂਰ। ਅਤੇ ਜਿਵੇਂ ਕਿ ਹੁਣ ਬਾਈ ਕਹਿੰਦਾ ਹੀਟਰ ਲਾ ਕੇ ਰੱਖਿਆ ਆਪਾਂ, ਵਧੀਆ ਉਹਨਾਂ ਨੂੰ ਮਤਲਬ ਪੁੱਤਾਂ ਵਾਂਗੂ ਪਾਲਦੇ ਹਾਂ, ਅਤੇ ਹੁਣ ਤੁਸੀਂ ਦੇਖ ਲਓ ਸਟੱਡੀ ਦੇ ਨਾਲ ਨਾਲ ਹੈ ਨਾ ਬਈ ਸ਼ੌਂਕ ਪਾਲਣੇ ਬਹੁਤ ਔਖੇ ਹੁੰਦੇ ਆ, ਕਿਉਂਕਿ ਬੰਦੇ ਤੋਂ ਇੱਕ ਚੀਜ਼ ਇੱਕ ਕੰਮ ਨਹੀਂ, ਮਤਲਬ ਆਪਾਂ ਕਹਿ ਸਕਦੇ ਵੀ ਚੰਗੀ ਤਰ੍ਹਾਂ ਇੱਕ ਕੰਮ ਨਹੀਂ ਹੁੰਦਾ, ਬੰਦੇ ਤੋਂ ਦੋ ਦੋ ਕੰਮ ਇੱਕ ਟਾਈਮ 'ਤੇ ਸੰਭਾਲਣੇ ਬਹੁਤ ਔਖੇ ਆ ਬਈ। ਅਤੇ ਆਪਾਂ ਬਾਈ ਨੂੰ ਆਪਾਂ ਨੂੰ ਮਿਲ ਕੇ ਵਧੀਆ ਲੱਗਿਆ, ਅਤੇ ਬਾਈ ਨੇ ਮੈਸੇਜ ਵੀ ਬਹੁਤ ਵਧੀਆ ਦਿੱਤਾ, ਦੇਖੋ ਬਾਈ ਜਿਵੇਂ ਆਪਾਂ ਨੂੰ ਜਾਣਾ ਕੁੱਤਿਆਂ ਦੀ ਸਿਹਤ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ, ਜਿਹੜੇ ਬੰਦੇ ਬਾਈ ਇਹੋ ਜਿਹਾ ਕੰਮ ਕਰਦੇ ਆ ਹੈ ਨਾ, ਆਪਾਂ ਤਾਂ ਕਹਿੰਦੇ ਯਾਰ ਫਿਟੇ ਮੂੰਹ ਆ ਉਹਨਾਂ ਦੇ ਕਿ ਨਹੀਂ, ਵੀ ਹੁਣ ਇੰਨਾ ਵੀ ਤਾਂ ਜਾਣ ਆ ਭੈਣ ਚੋ ਯਾਰ, ਉਹੀ ਗੱਲਾਂ ਕਿ ਨਹੀਂ ਆਪਾਂ ਜਿਸ ਤੱਕ ਮੰਨ ਲਓ ਮੈਂ ਕੁੱਤੇ ਨਹੀਂ ਰੱਖੇ ਬਾਈ, ਠੀਕ ਆ ਨਾ, ਆਪਾਂ ਸ਼ੁਰੂ ਤੋਂ ਮੈਨੂੰ ਕੋਈ ਮਤਲਬ ਨੌਲੇਜ ਨਹੀਂ ਸੀਗੀ, ਬਸ ਜਦੋਂ ਅਸੀਂ ਮਤਲਬ ਜਾਂਦੇ ਹਾਂ ਆਪਾਂ ਭਰਾਵਾਂ ਕੋਲ ਹੈ ਨਾ, ਮੰਨ ਲਓ ਕਿਤੇ ਕਿਸੇ ਕੋਲ ਭਰਾ ਕੋਲ ਆਪਾਂ ਇੰਟਰਵਿਊ ਲੈਣ ਵੱਗ ਗਏ ਜਾਂ ਕਿਤੇ ਕਿਹਦੇ ਕੁੱਤੇ ਉਹ ਕਰਨ ਵੱਗ ਗਏ ਹੈ ਨਾ, ਅਤੇ ਬਸ ਆਹੀ ਆਪਾਂ ਨੂੰ ਪਤਾ ਲੱਗਣ ਲੱਗ ਗਿਆ, ਬਟ ਹੁਣ ਇੰਨਾ ਕੁ ਤਾਂ ਬਾਈ ਆਪਾਂ ਵੀ ਸਮਝ ਗਏ ਹਾਂ ਵੀ ਯਾਰ ਇਹਨਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ, ਵੀ ਲੋਕ ਆਪਾਂ ਪਾਲਦੇ ਆ ਤਾਂ ਉਹਦਾ ਨੁਕਸਾਨ ਵੀ ਬਹੁਤ ਕਰਦੇ ਆ ਬਾਈ ਕੁੱਤੇ ਦਾ, ਆਈ ਫਿਰਦਾ ਰਹਿੰਦਾ ਭੌਂਕਦਾ, ਨਾ ਉਹਨੂੰ ਕੋਈ ਵਿਵਾਦ ਪੁੱਛੇ ਨਾ ਵਾਸਤਾ ਨਾ ਕੋਈ ਉਹਦੇ ਟੀਕੇ ਲਵਾਉਣ, ਉਵੇਂ ਉਹਦੇ ਕੀੜੇ ਪਈ ਜਾਂਦੇ ਰਹਿੰਦੇ ਆ ਬੁਰੇ ਹਾਲ, ਉਹ ਗੱਲ ਬਹੁਤ ਗਲਤ ਆ ਬਾਈ, ਰੱਖਣੇ ਆ ਤਾਂ ਬਾਈ ਵਾਲੀ ਗੱਲ ਵੀ ਪੁੱਤਾਂ ਵਾਂਗੂ ਰੱਖੋ, ਨਹੀਂ ਐਂ ਬਾਈ ਫੁੱਦੂ ਭੜਾਕਿਆਂ ਦਾ ਕੋਈ ਫਾਇਦਾ ਨਹੀਂ ਗਾ, ਆਪਾਂ ਤਾਂ ਇਹੀ ਗੱਲ ਕਹਿਣੇ ਆ ਬਾਈ। ਅਤੇ ਸਾਰੇ ਆਪਣੇ ਭਰਾਵਾਂ ਨੂੰ ਕਹਿੰਦੇ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ, ਬਾਈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਲਾਈਕ ਕਮੈਂਟ ਸ਼ੇਅਰ ਵੀ ਕਰ ਦਿਓ, ਸ਼ੇਅਰ ਵੀ ਕਰ ਦਿਓ, ਠੀਕ ਆ ਬਾਈ, ਹੁਣ ਭਰਾ ਨੇ ਵੀ ਕਹਿਤਾ ਤੇ ਕਰ ਦਿਓ ਸਾਰੇ, ਠੀਕ ਆ ਨਾ, ਵੀਡੀਓ ਨੂੰ ਵੱਧ ਤੋਂ ਵੱਧ ਵੇਖ ਲਿਓ, ਅਤੇ ਜਿਵੇਂ ਮੰਨ ਲਓ ਕੋਈ ਗਲਤ ਫਲਤ ਬੋਲਿਆ ਗਿਆ ਤਾਂ ਉਹਦੇ ਲਈ ਆਪਣਾ ਛੋਟਾ ਭਾਈ ਸਮਝ ਕੇ ਮਾਫ਼ ਕਰਿਓ, ਅਤੇ ਥੱਲੇ ਕਮੈਂਟ ਕਰਕੇ ਦੱਸੋ ਕਿਹੜੀ ਚੀਜ਼ ਤੁਹਾਨੂੰ ਸਹੀ ਲੱਗੀ ਬਾਈ ਜਾਂ ਕਿਹੜੀ ਨਹੀਂ ਲੱਗੀ, ਜੇ ਕੋਈ ਹੋਰ ਐਕਸਟਰਾ ਨੌਲੇਜ ਹੈਗੀ ਆ ਜਿਹੜੀ ਤੁਹਾਨੂੰ ਪਤਾ ਸਾਨੂੰ ਨਹੀਂ ਪਤਾ ਉਹ ਤੁਸੀਂ ਕਮੈਂਟ ਦੇ ਵਿੱਚ ਦੱਸ ਸਕਦੇ ਹੋ, ਅਤੇ ਬਾਕੀ ਚਲੋ ਮਿਲਦੇ ਹਾਂ ਬਹੁਤ।